guru I'm not.
ਅੰਮ੍ਰਿਤ ਗਜ ਬਿਖ ਸੰਗ ਰਹਿ ਕਰਕੇ ਆਪ ਖਵਾਇਆ ਅੰਮ੍ਰਿਤ ਗਜ ਵਿਖ ਸੰਗ ਰਹਿ ਸੋਜੀ ਪਈ ਗੁਰਮੁਖ ਵੇਰ ਸੋਜੀ ਪਈ ਦਿਨ ਅੰਦਰ ਦਿਨ ਅੰਦਰ ਬ੍ਰਹਮ ਦਿਖਾਇਆ ਸੀਤਲ ਹੋਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧਿਆ ਹਰ ਸਾਧ ਆਇਆ ਸ਼ਬਦ ਹੀ ਨਾ ਉਪਜੈ ਸ਼ਬਦ ਹੀ ਨਾ ਉਪਜੈ ਬਿਨ ਸ਼ਬਦ ਸਭ ਜਗ ਪਰਾਨਾ ਬਿਨ ਸ਼ਬਦ ਸਭ ਜਗ ਪਰਾਨਾ ਬਿਰਥਾ ਜਨਮ ਦੁਆਇਆ
मीठा जन्म घुमाया अमृत एको शब्द है
珍しく。ਉਸ ਪਿਤਾ ਦਾ ਪੁੱਤਰ ਸੀ ਜਿਸ ਪਿਤਾ ਨੂੰ ਆਖਿਆ ਜਾਂਦਾ ਹੈ ਬਾਪ ਹਮਾਰਾ ਸਦ ਚਰਨਜੀਵੀ। ਮੈਂ ਐਤਵਾਰ ਤੁਹਾਡੇ ਨਾਲ ਇਸ ਸ਼ਬਦ ਦੀਆਂ ਪੰਕਤੀਆਂ ਸਾਂਝੀਆਂ ਕਰ ਰਿਹਾ ਸਾਂ। ਭਾਈ ਹਮਾਰੇ ਸਦ ਹੀ ਜੀਵੀ, ਗੀਤ ਹਮਾਰੇ ਸਦਾ ਅਵਿਨਾਸ਼ੀ, ਜਿਹਦੇ ਬਾਰੇ ਗੁਰੂ ਸਾਹਿਬ ਆਖਦੇ ਨੇ ਮੰਦਰ ਮੇਰੇ ਸਭ ਦੇ ਉੱਚੇ, ਜਿਸ ਬਾਰੇ ਗੁਰੂ ਆਖਦੇ ਨੇ ਰਾਜ ਹਮਾਰਾ ਸਦ ਹੀ ਨੇਚਰ। ਇਹ ਸਾਰੀਆਂ ਦਾਤਾਂ ਆਖਰ ਸਿੱਖ ਨੂੰ ਕਿਸ ਤਰ੍ਹਾਂ ਮਿਲਦੀਆਂ ਨੇ, ਕਿਵੇਂ ਪ੍ਰਾਪਤ ਹੁੰਦੀਆਂ ਨੇ? ਜੇ ਸਿੱਖ ਅੱਜ ਇਹਨਾਂ ਦਾਤਾਂ ਤੋਂ ਵਿਰਵਾ, ਇਹਨਾਂ ਤੋਂ ਵਾਂਝਾ ਨਜ਼ਰੀ ਆਉਂਦਾ, ਇਹਨਾਂ ਤੋਂ ਖਾਲੀ ਖਾਲੀ ਪਿਆ ਦਿਸਦਾ, ਤਾਂ ਗੁਰੂ ਕੋਲ ਪੁੱਛਣਾ ਪਏਗਾ ਵੀ ਆਖਿਰ ਗੁਰੂ ਸਾਹਿਬ ਜੀ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਬਚਨ ਇਸ ਪ੍ਰਥਾਏ ਆਖਿਆ ਕਿ ਜਿਸ ਘਰ ਦੇ ਅੰਦਰ ਸਭ ਕੁਛ ਹੋਵੇ, ਸਭ ਕੁਛ ਘਰ ਵਿੱਚ ਹੋਵੇ ਪਰ ਬੰਦਾ ਭੁੱਖਾ ਬੈਠਾ ਹੋਵੇ, ਤਾਂ ਫਿਰ ਕੀ ਸੋਚਾਂਗੇ ਅਸੀਂ? ਵੀ ਦੋ ਹੀ ਗੱਲਾਂ ਨੇ, ਜਾਂ ਤੇ ਉਸ ਬੰਦੇ ਨੂੰ ਘਰ ਵਿੱਚ ਪਈ ਚੀਜ਼ ਦਾ ਗਿਆਨ ਨਹੀਂ, ਭੁੱਖਾ ਬੈਠਾ, ਜਾਂ ਤੇ ਉਸ ਵਸਤੂ ਦਾ ਗਿਆਨ ਨਹੀਂ ਉਸਨੂੰ, ਤੇ ਜਾਂ ਫਿਰ ਉਸਦੀ ਵਰਤੋਂ ਨਹੀਂ ਆਉਂਦੀ, ਦੋ ਹੀ ਚੀਜ਼ਾਂ ਨੇ। ਜਾਂ ਉਸਦੇ ਇਸਤੇਮਾਲ ਦਾ ਨਹੀਂ ਪਤਾ ਉਸਨੂੰ, ਮੈਂ ਇਸਨੂੰ ਇਸਤੇਮਾਲ ਕਿਸ ਤਰ੍ਹਾਂ ਕਰਨਾ, ਤੇ ਜਾਂ ਫਿਰ ਉਹਦੇ ਬਾਰੇ ਗਿਆਨ ਹੀ ਨਹੀਂ ਵੀ ਇਹ ਚੀਜ਼ ਮੇਰਾ ਕੀ ਲਾਭ ਦੇ ਸਕਦੀ। ਇਸ ਕਰਕੇ ਸਿੱਖ ਦੀ ਅੱਜ ਹਾਲਤ ਕੁਝ ਐਸੀ ਬਣਦੀ ਤੁਰੀ ਜਾ ਰਹੀ ਹੈ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਨੇ ਬਿਨ ਸ਼ਬਦ ਹੈ ਸਗ ਜਗ ਬੌਰਾ, ਅਗਰ ਜਗਤ ਬੌਰਿਆਂ ਵਾਂਗੂ ਤੁਰਿਆ ਫਿਰਦਾ ਸਾਨੂੰ ਨਜ਼ਰ ਆਉਂਦਾ, ਤਾਂ ਉਹਦੇ ਪਿੱਛੇ ਕੇਵਲ ਤੇ ਕੇਵਲ ਇੱਕੋ ਚੀਜ਼ ਖੜੀ ਹੈ, ਬਿਨ ਸ਼ਬਦ ਹੈ ਸਭ ਜਗ ਬੌਰਾ ਨਾ, ਕਿਉਂਕਿ ਸ਼ਬਦ ਦੀ ਪਹਿਚਾਣ ਨਹੀਂ ਰਹੀ, ਸ਼ਬਦ ਦੀ ਸਾਰ ਵੀ ਨਹੀਂ ਰਹੀ। ਤੇ ਬਾਬਾ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਆਖਿਆ, ਕਹਿਣ ਲੱਗੇ ਸਿੱਖਾ, ਜਿਹੜੀਆਂ ਚੀਜ਼ਾਂ ਤੈਨੂੰ ਇਤਨੀਆਂ ਸੁੰਦਰ ਬਖਸ਼ਿਸ਼ ਕੀਤੀਆਂ ਸਨ, ਉਹ ਆਖਿਰ ਤੇਰੇ ਕੋਲੋਂ ਕਿਉਂ ਗਵਾਚ ਗਈਆਂ? ਆਖਿਰ ਤੂੰ ਉਹਨਾਂ ਤੋਂ ਕਿਸ ਤਰ੍ਹਾਂ ਵਿਰਵਾ ਹੋ ਗਿਆ? ਤੁਸੀਂ ਸੋਚੋਗੇ ਇਸ ਸ਼ਬਦ ਵਿੱਚ ਸਤਿਗੁਰ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਨੇ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਇਹ ਫਿਰ ਜਿਹੜਾ ਅਸੀਂ ਇਹ ਅੰਮ੍ਰਿਤ ਛਕਦੇ ਹਾਂ ਬਾਹਰੋਂ, ਇਸ ਅੰਮ੍ਰਿਤ ਦੀ ਕਿਉਂ ਲੋੜ ਪੈ ਗਈ? ਇਸ ਅੰਮ੍ਰਿਤ ਦੀ ਕਿਉਂ ਜ਼ਰੂਰਤ ਪਈ? ਸਹਿਜੇ ਗੁਰਮਤ ਦੇ ਦਾਇਰੇ ਵਿੱਚੋਂ ਸਵਾਲਾਂ ਦੇ ਜਵਾਬ ਵੀ ਮਿਲਦੇ ਨੇ। ਤੁਸੀਂ ਦੁਨੀਆਂ ਦੇ ਇੱਕ ਮੈਥਡ ਨੂੰ ਸਾਰੇ ਹੀ ਜਾਣਦੇ ਹੋ, ਅੱਜ ਇਹਨਾਂ ਦਿਨਾਂ 'ਚ ਹੈਂਡ ਪੰਪ ਰਾਹੀਂ ਪਾਣੀ ਬਾਹਰ ਕੱਢਣ ਦਾ ਰਿਵਾਜ ਸੀ, ਅੱਜ ਤੇ ਨਲਕਿਆਂ ਰਾਹੀਂ ਆ ਜਾਂਦਾ ਨਾ, ਪਹਿਲਾਂ ਘਰਾਂ 'ਚ ਹੈਂਡ ਪੰਪ ਲਾਏ ਜਾਂਦੇ ਸੀ। ਉਸ ਬੰਦੇ ਨੂੰ ਪੈਸੇ ਦੇ ਕੇ ਉਹਨੇ ਮਾਇਆ ਦੇਈਦਾ ਸੀ, ਆਪ ਸਾਡੇ ਘਰ 'ਚ ਹੈਂਡ ਪੰਪ ਨਾ, ਸਾਨੂੰ ਪਾਣੀ ਚਾਹੀਦਾ, ਇਸ ਲਈ ਕਹੀਦਾ ਸੀ ਸਾਨੂੰ ਪਾਣੀ ਦੀ ਜ਼ਰੂਰਤ ਹੈ, ਸਾਡੀ ਪਾਣੀ ਦੀ ਕਿੱਲਤ ਦੂਰ ਕਰ, ਸਾਡੀ ਪਾਣੀ ਦੀ ਜ਼ਰੂਰਤ ਨੂੰ ਪੂਰਿਆਂ ਕਰ, ਆਹ ਪੈਸੇ ਲੈ ਸਾਡੇ ਕੋਲੋਂ ਅਤੇ ਸਾਨੂੰ ਘਰ 'ਚ ਹੈਂਡ ਪੰਪ ਲਾ ਕੇ ਦੇ। ਅਤੇ ਉਹ ਬੰਦਾ ਆਪਣੇ ਸਾਰੇ ਔਜ਼ਾਰ ਇਕੱਠੇ ਕਰਕੇ ਲਿਆ ਕੇ ਬੋਰ ਕਰਕੇ ਬਿਲਕੁਲ ਸਾਰੀ ਕੁਝ ਫਿਟਿੰਗ ਕਰਨ ਤੋਂ ਬਾਅਦ ਤੇ ਫਿਰ ਘਰ ਵਾਲੇ ਨੂੰ ਆਵਾਜ਼ ਮਾਰਦਾ, ਕਹਿੰਦਾ ਜੀ ਇੱਕ ਬਾਲਟੀ ਪਾਣੀ ਨਹੀਂ ਰਹਿ ਗਿਆ, ਇੱਕ ਬਾਲਟੀ ਪਾਣੀ ਚਾਹੀਦਾ। ਉਹ ਸਵਾਲ ਕਰਦਾ, ਕਹਿੰਦਾ ਪਾਣੀ ਵਾਸਤੇ ਤਾਂ ਮੈਂ ਤੈਨੂੰ
ਤੇਰੇ ਕੋਲ ਤਰਲੇ ਲੈ ਲਏ, ਮੈਨੂੰ ਪਾਣੀ ਚਾਹੀਦਾ, ਤੂੰ ਮੈਨੂੰ ਪਾਣੀ ਵਾਸਤੇ ਮੈਂ ਹੈਂਡ ਪੰਪ ਲਵਾ ਰਿਹਾ, ਤੈਨੂੰ ਪੈਸੇ ਦੇ ਰਿਹਾ। ਉਹ ਕਹਿਣ ਲੱਗਾ ਨਹੀਂ, ਇੱਕ ਬਾਲਟੀ ਮੈਂ ਤੇਰੇ ਕੋਲ ਚਾਹੁੰਦਾ। ਉਹ ਕਹਿੰਦਾ ਉਹ ਕੀ ਕਰ ਰਹੀ ਹੈ ਤੂੰ ਬਾਲਟੀ ਪਾਣੀ ਦੀ? ਉਹ ਕਹਿਣ ਲੱਗਾ ਵੀ ਮੈਂ ਇਸ ਪਾਣੀ ਨੂੰ ਉੱਪਰੋਂ ਦੀ ਪਹਿਲਾਂ ਪਾਵਾਂਗਾ। ਉਹ ਜਿਸ ਵਕਤ ਜਾ ਕੇ ਥੱਲੇ ਜਿੱਥੇ ਬੋਕੀ ਲੱਗੀ ਹੁੰਦੀ ਹੈ, ਵਾਸ਼ਰ ਲੱਗੀ ਹੁੰਦੀ ਹੈ, ਉੱਥੇ ਜਾ ਕੇ ਉਹ ਟੱਚ ਕਰੇਗਾ, ਉਹਦੇ ਨਾਲ ਮਿਲੇਗਾ। ਅਤੇ ਜਦੋਂ ਮੈਂ ਇਸ ਨੂੰ ਗੇੜਾਂਗਾ ਤਾਂ ਉਹ ਪੰਪ ਜਿਹੜਾ ਉਹ ਜਿਹੜੇ ਇੱਕ ਬਾਲਟੀ ਪਾਣੀ ਦੀ ਹੈ ਨਾ, ਜਿਹੜਾ ਅੰਦਰ ਪਿਆ ਹੋਇਆ ਪਾਣੀ ਉਹ ਬਾਹਰ ਚਲੇ ਆਏਗਾ। ਇਹ ਮੈਥਡ ਬੱਚਿਆਂ ਨੂੰ ਭਾਵੇਂ ਇਸ ਗੱਲ ਨਹੀਂ ਪਰ ਵੱਡਿਆਂ ਤੋਂ ਸਾਰਿਆਂ ਨੂੰ ਪਤਾ ਸੀ। ਇਹ ਜਿਹੜਾ ਅਸੀਂ ਬਾਹਰੋਂ ਗੁਰੂ ਨੇ ਸਾਡੇ ਅੰਦਰ ਅੰਮ੍ਰਿਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਸਿਰਫ ਅਤੇ ਸਿਰਫ ਉਹ ਬਾਲਟੀ ਪਾਣੀ ਦੀ ਸਾਨੂੰ ਪਾਈ ਹੈ ਵੀ ਤਾਂ ਕਿ ਅੰਦਰ ਜਿਹੜਾ ਅੰਮ੍ਰਿਤ ਪਿਆ ਹੋਇਆ ਉਹ ਬਾਹਰ ਸਾਡਾ ਪ੍ਰਵੇਸ਼ ਬਾਹਰ ਸਾਨੂੰ ਪ੍ਰਾਪਤ ਹੋ ਸਕੇ। ਅਤੇ ਉਹ ਵੀ ਜਿਹੜੀ ਅੰਮ੍ਰਿਤ ਸਾਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਸਾਰੇ ਗੁਣਾਂ ਦੀ ਸੰਗ੍ਰਹਿ ਕੀਤਾ, ਗੁਣਾਂ ਦਾ ਸਾਰਾ ਸੰਗ੍ਰਹਿ, ਸਾਰੇ ਗੁਣ ਨੇ ਉਹਦੇ ਵਿੱਚ। ਉਹਨਾਂ ਗੁਣਾਂ ਵਿੱਚੋਂ ਜਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਨੇ ਉਹਨਾਂ ਦੇ ਅੰਦਰ ਗੁਣ ਨੇ, ਉਹਦੇ ਵਿੱਚ ਇਸਤੇਮਾਲ ਹੁੰਦੀਆਂ ਨੇ ਪਾਣੀ, ਪਤਾਸੇ, ਖੰਡਾ, ਬਾਟਾ, ਇਹ ਚਾਰ ਵਸਤੂਆਂ ਬਾਹਰੋਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ। ਅਤੇ ਇੱਕ ਪੰਜਵੀਂ ਵਸਤੂ ਜਿਹੜੀ ਹੈ ਗੁਰੂ ਕੀ ਬਾਣੀ। ਹੁਣ ਇਹਨਾਂ ਚਾਰਾਂ ਵਸਤੂਆਂ ਨੂੰ ਜਿਹੜੀਆਂ ਬਾਹਰੋਂ ਵਸਤੂਆਂ ਸਾਨੂੰ ਅਸੀਂ ਇਕੱਠੀਆਂ ਕੀਤੀਆਂ ਨੇ, ਇਹ ਸਾਰੀਆਂ ਗੁਣਦਾਇਕ ਨੇ, ਇਹ ਗੁਣਾਂ ਦੀਆਂ ਸੂਚਕ ਨੇ। ਅੰਮ੍ਰਿਤ ਛਕਾਉਣ ਵੇਲੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਸ ਵੇਲੇ ਆਖਿਆ ਜਾਂਦਾ ਜੀ ਵੀ ਇਸ ਤਰ੍ਹਾਂ ਚੁੱਲ੍ਹੀ ਬਣਾਓ, ਜਿਹਨਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਵੀ ਚੁੱਲ੍ਹੀ ਬਣਾਓ ਤੇ ਫਿਰ ਉਸ ਨੂੰ ਛਕੋ। ਇਹ ਕਿਸੇ ਕੌਲੀ ਵਿੱਚ ਵੀ ਦਿੱਤਾ ਜਾ ਸਕਦਾ, ਕੋਈ ਗਲਾਸ ਵੀ ਕੋਲ ਰੱਖਿਆ ਜਾ ਸਕਦਾ ਵੀ ਲੈ ਗਲਾਸ ਤੈਨੂੰ ਪਾਤੇ ਨੇ ਚਾਰ ਚਮਚੇ ਅਪੀ ਲੈ, ਪਰ ਨਹੀਂ ਹੱਥ 'ਚ ਦਿੱਤਾ। ਉਹਦਾ ਕਾਰਨ ਕੀ ਹੈ? ਤਾਂ ਕਿ ਸਿੱਖ ਨੂੰ ਅੰਮ੍ਰਿਤ ਦੀ ਸੰਭਾਲ ਆ ਸਕੇ। ਮੈਂ ਅੰਮ੍ਰਿਤ ਨੂੰ ਸੰਭਾਲਣਾ ਕਿਸ ਤਰ੍ਹਾਂ? ਇਸ ਨੂੰ ਜ਼ਾਇਆ ਨਹੀਂ ਹੋਣ ਦੇਣਾ, ਇਸ ਨੂੰ ਖਰਾਬ ਨਹੀਂ ਕਰਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਚਨ ਆਖਿਆ ਜੀ ਬਾਣੀ ਅੰਦਰ, ਕਹਿੰਦੇ ਨੇ ਕਰਮ ਹੈ ਅੰਮ੍ਰਿਤ ਆਣ ਵਿਸਾਰਿਓ। ਕਹਿੰਦਾ ਸਿੱਖਾ ਤੇਰੇ ਹੱਥ ਦੇ ਵਿੱਚ ਗੁਰੂ ਨੇ ਅੰਮ੍ਰਿਤ ਪਾ ਦਿੱਤਾ, ਤੇਰੇ ਹੱਥ ਦੇ ਉੱਤੇ ਗੁਰੂ ਨੇ ਅੰਮ੍ਰਿਤ ਰੱਖ ਦਿੱਤਾ। ਗੁਰਬਾਣੀ ਦੀ ਭਗਤੀ ਜੇ ਕਰਮ ਹੈ ਅੰਮ੍ਰਿਤ ਆਣ ਵਿਸਾਰਿਓ, ਕਹਿੰਦੇ ਖਿਸਰ ਗਏ ਹੋ ਉਮਰ ਡਰਿਓ। ਕਹਿੰਦੇ ਹੱਥ ਚੋਂ ਉਹਦੀ ਠੀਕ ਤਰ੍ਹਾਂ ਦੇ ਨਾਲ ਹੱਥ ਨੂੰ ਪੱਕਿਆ ਨਹੀਂ ਕਰ ਸਕਿਆ, ਹੱਥ ਨੂੰ ਠੀਕ ਢੰਗ ਦੇ ਨਾਲ ਸੰਭਾਲ ਨਹੀਂ ਸਕਿਆ। ਕੀ ਹੋਇਆ? ਉਂਗਲੀਆਂ ਦੇ ਵਿੱਥ ਚੋਂ ਨਿਕਲ ਕੇ ਸਾਰਾ ਧਰਤੀ 'ਤੇ ਚਲਾ ਗਿਆ, ਵਿਅਰਥ ਚਲਾ ਗਿਆ, ਪ੍ਰਾਪਤ ਨਹੀਂ ਕਰ ਸਕਿਆ। ਗੁਣਦਾਇਕ ਪਾਣੀ ਦਾ ਗੁਣ ਬਾਦਸ਼ਾਹ ਭਾਈ ਗੁਰਦਾਸ ਜੀ ਨੇ ਪਾਣੀ ਦੇ ਗੁਣਾਂ ਬਾਰੇ ਇੱਕ ਪੌੜੀ ਉਚਾਰਨ ਕੀਤੀ। ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਇਸ ਪੌੜੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 13 ਗੁਣ ਦੱਸੇ ਨੇ, 13 ਗੁਣ ਪਾਣੀ। ਤਪਦਾ ਪਰ ਉਪਕਾਰ, ਛਾਵੇਂ ਠੰਡਾ ਵਿਰਤੀ ਹਾਣੀ। ਤੇ ਇਹਨਾਂ ਗੁਣਾਂ ਦੇ ਨਾਲ ਭਾਵ ਕਿ ਪਾਣੀ ਦੇ ਆਪਣੇ ਗੁਣ ਨੇ ਜਿਹੜੇ, ਉਹਨਾਂ ਗੁਣਾਂ ਵਾਲੇ ਪਾਸੇ ਧਿਆਨ ਰੱਖ। ਪਾਣੀ ਚੱਲੇ ਨਿਵਾਰਨ, ਪਾਣੀ ਤੁਸੀਂ ਛੱਡ ਦਿਓ ਉਹ ਆਪਣੇ ਆਪ ਹੀ ਲੱਭ ਲੈਂਦਾ ਕਿਹੜੇ ਪਾਸੇ ਨੀਵਾਂ ਪਾਸਾ, ਉਹਨੂੰ ਤੁਹਾਨੂੰ ਲੈਵਲ ਰੱਖ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਲੈਵਲ ਰੱਖ ਦੇ ਠੀਕ ਇੱਧਰ ਇਸ ਪਾਸੇ ਨੀਵਾਂ, ਇਸ ਪਾਸੇ ਉੱਚਾ, ਨਹੀਂ ਉਹ ਆਪੇ ਲੱਭ ਲੈਂਦਾ। ਭਾਵ ਕਿ ਸਿੱਖਾਂ ਆਪਣੇ ਮਨ ਨੂੰ ਬਰਦਾਸ਼ਤ ਕਰਦੇ ਨੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਉੱਚੀ ਤਾਂ ਹੋਵੇਗੀ ਜੇ ਮਨ ਨੀਵਾਂ ਹੋਵੇਗਾ, ਮਨ ਨੀਵਾਂ ਨਹੀਂ ਹੋਣ ਦੇ ਕਾਰਨ ਹੀ ਮਤ ਉੱਚੀ ਨਹੀਂ ਹੋਣੀ, ਇਹ ਰੁਕਾਵਟ ਹੈ। ਕਿਉਂਕਿ ਦੋਵੇਂ ਚੀਜ਼ਾਂ ਬਿਲਕੁਲ ਮੁਕਾਬਲੇ 'ਤੇ ਨੇ, ਇੱਕ ਦੀ ਮੰਗ ਕੀਤੀ ਜਾਂਦੀ ਹੈ, ਇੱਕ ਨੂੰ ਹੋੜਿਆ ਜਾਂਦਾ, ਇੱਕ ਪਾਸੇ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਨਾ ਹੋਵੇ, ਇੱਕ ਪਾਸੇ ਕਿਹਾ ਜਾਂਦਾ ਹੋਵੇ। ਅਤੇ ਜੇ ਜਿਹਨੂੰ ਅਸੀਂ ਕਹਿ ਰਹੇ ਹਾਂ ਹੋਵੇ ਜੇ ਨਹੀਂ ਹੋ ਰਿਹਾ, ਇਹਦਾ ਮਤਲਬ ਹੈ ਉਹ ਦੂਜੇ ਪਾਸੇ ਵਾਲੀ ਜਿਹੜੀ ਗੱਲ ਹੈ ਉਹ ਅਜੇ ਪੂਰੀ ਤਰ੍ਹਾਂ ਠੀਕ ਢੰਗ ਦੇ ਨਾਲ ਵਰਤੋਂ 'ਚ ਨਹੀਂ ਆਈ। ਅਤੇ ਸਤਿਗੁਰ ਪਾਤਸ਼ਾਹ ਜੀ ਆਦਿ ਕਹਿੰਦੇ ਨੇ ਹੁੰਦਾ ਕੀ ਆ ਵੀ ਮਨੁੱਖ ਜਿਸ ਵਕਤ ਆਪਣੇ ਮਨ ਨੂੰ ਉੱਚੀਆਂ ਰੱਖ ਕੇ ਤੁਰਦਾ ਹੈ,
मत उची नहीं हो पा। इसे करके सतगुरु पातशाह जी ने आख्या कहन लगे भी मन नूं तां नीवा करके रखना पड़ेगा, मन नूं नीवा करके रह के तुरना पड़ेगा। एक गुण, बाकी गुणा की मैं गल नहीं करनी थोड़े नाल, थोड़ी मेरे सामने पतासियां दा की गुण है। पतासियां नूं पानी च पा के थोड़ी देर लिए रख देवो, जिहड़ा खंडा उहदे विच फेरदे हां असीं, इस करके थोड़ा फेरी देवे पतासे घोलने ने भी ये गुरदे दे घुल जाण चंगी तरह, उहदे थोड़ी देर वास्ते रख दिओ उहनां नूं, 10-15 मिंटां बाद वेखो आपे घुल जाणगे। तुहानूं पतासियां दी होंद नहीं मिलेगी पर उहदे अंदर खंडा घुमाया जाता। पतासे दो चीजां साडे सामने रखते ने, दो गुण सामने रखते ने, सिखा भी इन्हां गुणा वाले पासे ध्यान दे। ए गुण तेरे जीवन च होने चाहिए ने। विसाखी का संदेश की है सानू, असीं विसाखी क्यों मनाउंदे आ? पतासे दो गुणा के सूचक ने। सब तो पहला गुण मिठत, जिसनू धन गुरु नानक साहिब पातशाह जी ने आसा जी दरबार च आख्या, कहिंदे मिठत नीवी नानका, मिठत नीवी नानका गुण चंगियाईया तत्। सारिया गुणा ते सारिया चंगियाईया दा तत् अगर कोई आई तो मिठत। भाई साहब भाई गुरदास जी ने सिख की निशानी भी दसी है, मिठा बोलन निवल चलन, थोड़ा बोलन गुरमत भाए, निशानी है सिख। सब तो पहला गुण पतासे का मिठत, दूसरा गुण पतासे का अपने आप की अपनी होंद खत्म कर लेनी, अपनी होंद नूं उसने मिटा लिया। जो उसकी उसकी होंद सी पतासे का, जो रोग स्वरूप से उन्हें अपने होंद नूं खत्म कर दिता। हुण उसने अपनी होंद नहीं रहन दिती पर गुण नहीं होया, गुण उहदा मिठत है जिहड़ा आकार है उसका, उसने अपने आकार नूं खत्म कर दिता। इस करके ये दोवें गुण हैं सिखा, तूं जदों गुरु के कोल आना है, गुरु के नाल मिलना है, तो अपनी होंद नूं कायम रखने की कोशिश ना कर। जितनी देर तक अपनी होंद नूं कायम रखने की कोशिश करेगा उतनी देर तक गुरु का रूप स्वरूप तेनों नहीं मिलेगा। जिनी देर तक असीं अपनी होंद नूं कायम रखांगे उतनी देर तक गुरु का रूप स्वरूप साडे हिस्से विच नहीं आएगा। बाटा एक बर्तन है, यह बर्तन का सूचक है क्योंकि बर्तन के विच पाई हुई वस्तु जिहड़ी है वह संभली रहती है। इस करके सानू सतगुरु जी ने आख्या कहन लगे सिखा यह जो तैनू अमृत दिता है यह बाटे विच दिता है, बाटे विच तैयार करके दिता है ताकि तू अपने जीवन के अंदर इसनू संभाल के रख सके। ते खंडा दो धारा ने उहदे विच, दो साइड के उत्ते शक्ति का प्रतीक है। केवल तो केवल सिखा यह ना हो तेन जो आवे लताड़ता चला जाए। दुनिया के इतिहास के अंदर तुसी जे किसी वेले पढ़ोगे तो सिकंदर आजम जिहड़ा सी उसने इस गल का तैयार किया सी, इस गल का कि मैं सारी दुनिया उत्ते राज करांगा, सिकंदर बादशाह ने। पर जदों पंजाब च पहुंचिया ना उत्थे पुरश दा राज, उस वेले पंजाब पहुंचिया जदों यह पंजाब की धरती नूं प्रधान जी, जदों पंजाब की धरती ते पैर रखिया ते उस दी बिल्कुल नींद हराम कर दिती और मुड़ के वह उतों हार खा के वापस आता हुआ अपने घर नहीं पहुंचे, राज जी मर गया सी। सारी दुनिया का राज नहीं कायम कर सके। मैं बेनती कर रहा सर जिस तरह पिछले एतवार भी शोभा कीरत हमारी घर घर हुई जी सी ना, उस कीरत नूं असीं जे वेखीए भी वह कीरत साडी किस तरह घर घर च कीरत हुई, आखिर उस कीर्ति के पिछे कहड़ी चीज सी? उस कीर्ति के पिछे केवल ते केवल गुरु के शब्द का सिद्धांत, गुरु के शब्द नाल जुड़े हुए सन, गुरु के सिद्धांत नाल जुड़े हुए सन और गुरु के दिते हुए सिद्धांत के मुताबिक अपने जीवन के अंदर उसनों डाल के अपने जीवन उदे बतीत करते सन। जिन्हों बाणी आखदी है गुरसिख मीत चलो गुर चाली, जो गुर कहे सोई पल पल, जो गुर कहे।
ਪਰ ਅਸੀਂ ਗੁਰੂ ਦੀ ਗੱਲ ਸੁਣਦੇ ਜ਼ਰੂਰ ਹਾਂ, ਪਰ ਉਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਸੁਣਨਾ ਆਪਣੀ ਥਾਂ 'ਤੇ ਮੁਬਾਰਕ ਹੈ। ਐਸਾ ਨਹੀਂ ਵੀ ਕਹਿੰਦਾ ਵੀ ਸੁਣਨਾ ਨਹੀਂ ਚਾਹੀਦਾ, ਸੁਣਨਾ ਮੁਬਾਰਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਸੁਣਨ ਦੀਆਂ ਚਾਰ ਪੌੜੀਆਂ ਤਿਆਰ ਕੀਤੀਆਂ ਵੀ ਬੰਦਾ ਸੁਣੇਗਾ ਹੀ ਆਖਰ, ਜੇ ਸੁਣੇਗਾ ਨਹੀਂ ਤੇ ਮੰਨੇਗਾ ਕਿਸੇ ਨੂੰ, ਪਰ ਸੁਣਨ ਤੋਂ ਬਾਅਦ ਚਾਰ ਪੌੜੀਆਂ ਮੰਨੇ ਦੀਆਂ ਵਿੱਚ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਜਿਹਨਾਂ ਸਿੱਖਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਸਿਧਾਂਤ ਨੂੰ, ਗੁਰੂ ਦੀ ਗੱਲ ਨੂੰ ਮੰਨਿਆ ਸੁਣਿਆ, ਉਹਨਾਂ ਨੇ ਇਕੱਲੇ ਇਕੱਲੇ ਸਿੱਖ ਨੇ ਹਜ਼ਾਰਾਂ ਦੇ ਨਾਲ ਮੱਥਾ ਲਾਇਆ। ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ, ਦੋ ਸਿੱਖ ਜਦੋਂ ਜੰਗਲ 'ਚ ਤੁਰੇ ਜਾਂਦੇ ਸਨ ਨਾ, ਤੇ ਮੁਸਲਮਾਨਾਂ ਨੇ ਤੁਰਿਆ ਜਾਂਦਿਆਂ ਵੇਖ ਲਏ ਗੁਜਰਾਂ ਨੇ, ਇੱਕ ਕਹਿੰਦਾ ਲੱਗਦਾ ਸਿੱਖ ਨੇ, ਉਹ ਕਹਿੰਦਾ ਨਹੀਂ 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 ਸਿੱਖ ਨਹੀਂ ਹੋ ਸਕਦੇ। ਉਹ ਕਹਿੰਦਾ ਕਿਉਂ ਸਿੱਖ ਕਿਉਂ ਨਹੀਂ ਹੋ ਸਕਦੇ? ਕਹਿੰਦਾ ਮੈਂ ਤਾਂ ਸੁਣਿਆ ਸਿੱਖ ਸਾਰੇ ਮਾਰ ਦਿੰਦੇ ਨੇ। ਉਹ ਕਹਿੰਦਾ ਨਹੀਂ, ਪਰ ਮੈਨੂੰ ਲੱਗਦਾ ਸਿੱਖ ਨੇ। ਉਹ ਫਿਰ ਕਹਿੰਦਾ ਕਹਿੰਦਾ ਮੈਨੂੰ ਲੱਗਦਾ ਸਿੱਖ ਨੇ, ਤੇ ਜਿਹਨੇ ਆਖਿਆ ਸੀ ਨਾ ਸਿੱਖ ਤੇ ਸਾਰੇ ਮਾਰ ਦਿੰਦੇ ਨੇ, ਸਿੱਖ ਤੇ ਖਤਮ ਕਰ ਦਿੱਤੇ ਨੇ, ਕਿਉਂਕਿ ਐਲਾਨ ਕੀਤਾ ਹੋਇਆ ਸੀ ਵੀ ਸਾਰਾ ਸਿੱਖ ਜਿੱਥੇ ਕਿਤੇ ਮਿਲਦਾ ਉਹਨੂੰ ਖਤਮ ਕਰ ਦਿਓ, ਇਸ ਤੋਂ ਅਨੁਰੂਪ ਕਰ ਦਿਓ। ਆਖਣ ਲੱਗਾ, ਕਹਿਣ ਲੱਗਾ, ਜੇ ਸਿੱਖ ਹੁੰਦੇ ਤਾਂ ਆਹ ਏਦਾਂ ਜੰਗਲ ਦੇ ਲੋਕ ਕੇ ਨਾ ਆਪਣਾ ਜੀਵਨ ਬਤੀਤ ਕਰਦੇ, ਸਾਹਮਣੇ ਆਉਂਦੇ, ਉਹਨਾਂ ਦੀ ਗੈਰਤ ਨੂੰ, ਉਹਨਾਂ ਦੀ ਅਣਖ ਨੂੰ ਟੋਬਿਆ ਚ ਸੋਗਤ। ਉਹ ਸਿੱਖ ਜਿਹੜੇ ਸਨ ਨਾ ਨੂਰ ਦੀ ਸਰਾਂ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਆਪਣਾ ਮੋਰਚਾ ਕੱਢ ਲਿਆ, ਦੋਵਾਂ ਸਿੱਖਾਂ ਨੇ ਟੈਕਸ ਲਾ ਦਿੱਤਾ। ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜੀ ਨੇ ਟੈਕਸ ਲਾ ਦਿੱਤਾ। ਹੁਣ ਜਿਹੜਾ ਵੀ ਕੋਈ ਵੱਡਾ ਲੰਘਦਾ ਉਹਦੇ ਕੋਲੋਂ ਵੀ ਪੈਸੇ ਲੈਂਦੇ ਨੇ, ਜਿਹੜਾ ਖੁੰਦਾ ਲੈ ਕੇ ਲੰਘਦਾ ਉਹਦੇ ਕੋਲੋਂ ਵੀ ਪੈਸੇ ਲੈਂਦੇ ਨੇ। ਉਹ ਜਿੱਦਣ ਲੰਘ ਗਏ ਉਹਨਾਂ ਨੂੰ ਉੱਥੇ ਖਲੋਤੇ ਹਾਂ ਵੀ ਟੈਕਸ ਉਗਰਾਉਂਦੇ ਹਾਂ। ਹੁਣ ਸਿੱਖਾਂ ਦਾ ਕੋਈ ਇਹ ਤਾਂ ਮਕਸਦ ਨਹੀਂ ਸੀ ਅਸੀਂ ਕੋਈ ਪੈਸੇ ਇਕੱਠੇ ਕਰਨੇ ਨੇ, ਉਹਨਾਂ ਦਾ ਮਕਸਦ ਸੀ ਵੀ ਅਸੀਂ ਸਰਕਾਰ ਤੱਕ ਸੁਨੇਹਾ ਪਹੁੰਚਾਉਣਾ ਵੀ ਸਿੱਖ ਅਜੇ ਜਿਉਂਦੇ ਨੇ, ਸਿੱਖ ਹੈਗੇ ਨੇ, ਅਜੇ ਸਿੱਖ ਮਰੇ ਨਹੀਂ, ਅਜੇ ਤੁਸੀਂ ਮਾਰ ਨਹੀਂ ਸਕੇ ਸਿੱਖਾਂ ਨੂੰ, ਅਸੀਂ ਸੁਨੇਹਾ ਪਹੁੰਚਾਉਣਾ ਸਿੱਖਾਂ ਦਾ। ਪਰ ਉਹ ਸੁਨੇਹਾ ਉਹ ਟੈਕਸ ਦੇਣ ਵਾਲੇ ਵਿਚਾਰੇ ਟੈਕਸ ਦੇ ਕੇ ਆਪਣਾ ਤੁਰੇ ਜਾਂਦੇ ਸਨ, ਉਹਨਾਂ ਨੇ ਮੁੜ ਕੇ ਜਕਰੀਏ ਨੂੰ ਚਿੱਠੀ ਲਿਖ ਕੇ ਵੇਚੀ ਵੀ ਇੱਥੇ ਸਿੱਖਾਂ ਨੇ ਟੈਕਸ ਲਾਇਆ ਹੋਇਆ, ਇਸ ਕਰਕੇ ਅਸੀਂ ਤਾਂ ਇਹਨਾਂ ਦੇ ਉਡੀਕਦੇ ਪਿਆ ਵੀ ਕੋਈ ਆਏ ਨਹੀਂ ਸਾਨੂੰ ਪੁੱਛਣ ਪਾਉਣ ਵਾਲਾ, ਤੁਸੀਂ ਕਹਿੰਦੇ ਹੋਏ ਸਿੱਖ ਮਾਰ ਦਿੰਦੇ ਨੇ, ਸਿੱਖ ਤੇ ਖਲੋਤੇ ਨੇ। ਜਦੋਂ ਚਿੱਠੀ ਪਹੁੰਚੀ ਨਾ ਲਾਹੌਰ ਵਿੱਚ ਤਾਂ ਉਸ ਵਕਤ ਉਹ ਚਿੱਠੀ ਵੇਖਦੇ ਹਾਂ ਸਾਰ ਕਲ ਮਲਾ ਉੱਠਿਆ ਤੇ ਉਸਨੇ ਇੱਕ ਦਸਤਾ ਫੌਜ ਦਾ ਭੇਜਿਆ। ਫੌਜ ਦਾ ਦਸਤਾ ਜਿਸ ਵਕਤ ਆਇਆ ਤੇ ਉਹਨਾਂ ਨੇ ਲੜਾਈ ਵਾਸਤੇ, ਹੁਣ ਦੋ ਸਿੱਖ ਦੋ ਨੇ, ਉੱਧਰ ਗਿਣਤੀ ਬਹੁਤੀ ਹੈ, ਉਹਨਾਂ ਕੋਲ ਜ਼ਿਆਦਾ ਵੱਡੇ ਹਥਿਆਰ ਨੇ, ਇਹਨਾਂ ਕੋਲ ਕੇਵਲ ਕਿਰਪਾਨਾਂ ਨੇ। ਹੁਣ ਸਿੱਖਾਂ ਨੇ ਸੋਚਿਆ ਵੀ ਜੇ ਆਪਾਂ ਇਕੱਲੇ ਇਕੱਲੇ ਹੋ ਕੇ ਲੜਨਾ ਸ਼ੁਰੂ ਕਰ ਦੇਵਾਂਗੇ ਤਾਂ ਬੜੀ ਜਲਦੀ ਇਹਨਾਂ ਦੇ ਘੇਰੇ 'ਚ ਆ ਜਾਵਾਂਗੇ। ਸਿੱਖ ਦੀ ਸੋਚ ਵੇਖੋ, ਸਿੱਖਾਂ ਨੇ ਦੋਵਾਂ ਨੇ ਆਪਣੀਆਂ ਪਿੱਠਾਂ ਜੋੜ ਲਈਆਂ, ਆਪਸ ਵਿੱਚ ਪਿੱਠ ਜੋੜ ਲਈ ਦੋਵਾਂ ਨੇ ਵੀ ਆਪਾਂ ਇੱਕ ਦੂਜੇ ਤੋਂ ਅਲੱਗ ਨਹੀਂ ਹੋਣਾ, ਜਿਹੜਾ ਤੇਰੇ ਵਾਲੇ ਪਾਸੇ ਆਵੇ ਤੂੰ ਉਸ ਦੀ ਦੇਖਭਾਲ ਕਰਨੀ, ਜਿਹੜਾ ਮੇਰੇ ਵਾਲੇ ਪਾਸੇ ਆਵੇ ਮੈਂ ਦੇਖਭਾਲ ਕਰਾਂਗਾ, ਤਾਂ ਕਿ ਸਾਡੀ ਪਿੱਠ ਬਚੀ ਰਹੇਗੀ, ਅਸੀਂ ਸਨਮੁੱਖ ਹੋ ਕੇ ਲੜਾਂਗੇ। ਇੱਕ ਨਹੀਂ, ਦੋ ਨਹੀਂ, ਦਰਜਨਾਂ ਦੇ ਹਿਸਾਬ ਨਾਲ ਉਹਨਾਂ ਨੇ ਉੱਥੇ ਉਹਨਾਂ ਦੇ ਜਿਹੜੇ ਸਿਪਾਹੀ ਆਏ ਸਨ ਉਹਨਾਂ ਨੂੰ ਮਾਰਿਆ ਤੇ ਫਿਰ ਆਪ ਸ਼ਹੀਦ ਹੋਏ। ਮੇਰੀ ਕਹਿਣ ਤੋਂ ਮੁਰਾਦ ਸ਼ਕਤੀ ਦਾ ਪ੍ਰਤੀਕ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਕਤੀ ਦਾ ਪ੍ਰਤੀਕ ਦਿੱਤਾ। ਇਸ ਕਰਕੇ ਫਿਰ ਅੰਮ੍ਰਿਤ ਛਕਣ ਲਈ ਸਾਨੂੰ ਆਖਿਆ ਵੀ ਇਸ ਅੰਮ੍ਰਿਤ ਨੂੰ ਸੰਭਾਲ ਕੇ ਆਪਣੇ ਜੀਵਨ ਵਿੱਚ ਰੱਖਣਾ, ਇਸ ਅੰਮ੍ਰਿਤ ਦੀਆਂ ਜਿਹੜੀਆਂ ਗੁਣਕਾਰੀ ਜਿਹੜੀਆਂ ਵਸਤੂਆਂ ਦਾਤਾਂ ਨੇ ਨਾ ਇਹਨਾਂ ਗੁਣਾਂ ਨੂੰ, ਪਰ ਇਹ ਅੰਮ੍ਰਿਤ ਮਿਲਦਾ ਕਿੱਥੋਂ ਹੈ, ਕਿਵੇਂ ਤਿਆਰ ਹੈ? ਮੈਂ ਪਹਿਲਾਂ ਉਸ ਦਿਨ ਬੇਨਤੀ ਕੀਤੀ ਸੀ, ਐਸਾ ਮਤ ਸੋਚਣਾ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਾਂ ਉਸ ਤੋਂ ਪਹਿਲੇ ਜਿਹੜੇ ਗੁਰੂ ਸਨ ਉਹ ਅੰਮ੍ਰਿਤ ਤੋਂ ਬਗੈਰ ਹੀ ਸਨ। ਨਹੀਂ, ਗੁਰੂ ਤੇ ਹੈ ਹੀ ਅੰਮ੍ਰਿਤ ਦਾ ਇੱਕ ਮੁਜੱਸਮਾ। ਸਤਿਗੁਰ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਬਾਣੀ ਇਹ ਬਚਨ ਆਖਦੀ ਹੈ, ਗੁਰ ਅੰਮ੍ਰਿਤ ਪਿੰਨੀ ਦੇਹੁਰੀ, ਜਿਹੜੀ ਦੇਹੁਰੀ ਗੁਰੂ ਦੀ ਹੈ ਉਹ ਅੰਮ੍ਰਿਤ ਦੀ ਭਰਪੂਰ ਹੈ। ਅੰਮ੍ਰਿਤ ਬੁਰ ਕੇ ਰਾਮ ਰਾਜੇ, ਹਰ ਅੰਮ੍ਰਿਤ ਭਰ ਭੰਡਾਰ ਹੈ, ਗੁਰ ਸਤਿਗੁਰ ਪਾਤਸ਼ਾਹ ਰਾਮ ਰਾਜੇ ਭੰਡਾਰ ਭਰੇ ਪਏ ਨੇ ਅੰਮ੍ਰਿਤ ਦੇ ਗੁਰੂ ਦੇ ਕੋਲ ਤਾਂ।
ਇਸ ਕਰਕੇ ਸਾਨੂੰ ਜਿਹੜੀ ਇਹ ਦਾਤ ਸਾਨੂੰ ਆਹ ਜਿਹੜੀ ਮਰਿਆਦਾ ਬਖਸ਼ਿਸ਼ ਕੀਤੀ ਸੀ ਕਿਉਂਕਿ ਨੌ ਗੁਰੂ ਸਾਹਿਬਾਨ ਤੱਕ ਚਰਨ ਪਾਉਣ ਲੈਣ ਦਾ ਚਰਨ ਪਾਉਣ ਪੈਰ ਧੋ ਕੇ ਉਹ ਦਿੱਤੇ ਜਾਂਦੇ ਸਨ। ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਇੱਦਾਂ ਦੇ ਸਾਰੇ ਜਿਤਨੇ ਲੋਕ ਪਤਾ ਨਹੀਂ ਕਿਤੋਂ ਕਿੱਦਾਂ ਤੁਰਿਆ ਜਾਏਗਾ, ਕਿਉਂਕਿ ਇਹ ਸਿਲਸਿਲਾ ਸ਼ਖਸੀ ਖਤਮ ਕਰਨਾ ਸੀ, ਸ਼ਬਦ ਗੁਰੂ ਨੂੰ ਸਥਾਪਿਤ ਕਰਨਾ ਸੀ। ਇਸ ਕਰਕੇ ਉਹਦੇ ਮੁਕਾਬਲੇ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਹੁਣ ਸਾਨੂੰ ਇਹ ਜਿਹੜੀ ਚਰਨ ਪਹੁਲ ਹੈ, ਇਹ ਚਰਨ ਪਹੁਲ ਦੀ ਥਾਂ ਅਸੀਂ ਹੁਣ ਗੁਰੂ ਕੇ ਖੰਡੇ ਦੀ ਪਹੁਲ ਦੇ ਕੇ ਅੱਗੇ ਸਿੱਖੀ ਜਿਹੜੀ ਹੈ ਇਸਨੂੰ ਵਾਅਦੇ ਵਿੱਚ ਕਰਨਾ, ਸਿੱਖੀ ਦੇ ਵਾਸਤੇ ਇਹ ਅਗਲਾ ਕਦਮ ਹੋਵੇਗਾ। ਇਸ ਕਰਕੇ ਇਸ ਅੰਮ੍ਰਿਤ ਦੀ ਸਾਨੂੰ ਇਸ ਕਰਕੇ ਜ਼ਰੂਰਤ ਹੈ ਤਾਂ ਕਿ ਸਾਡਾ ਜਿਹੜਾ ਅੰਮ੍ਰਿਤ ਅੰਦਰ ਪਿਆ ਹੋਇਆ, ਜਿਹੜਾ ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ ਤੇ ਕਿੱਥੇ ਰਹਿੰਦਾ ਹੈ, ਦੇਹੀ ਮੈਂ ਉਸਕਾ ਵਿਸਰਾਮ। ਹੁਣ ਉਹ ਦੇਹੀ ਵਿੱਚ ਵਿਸਰਾਮ ਵਿੱਚ ਹੈ, ਤੇ ਹੁਣ ਵਿਸਰਾਮ ਵਿੱਚ ਉਹ ਤੁਸੀਂ ਉਹਨੂੰ ਹਰਕਤ ਵਿੱਚ ਲੈ ਕੇ ਆਉਣਾ, ਕਿਵੇਂ ਲਿਆਓਗੇ? ਕੋਈ ਚੀਜ਼ ਵਿਸਰਾਮ ਵਿੱਚ ਹੈ, ਉਹਨੂੰ ਹਰਕਤ ਵਿੱਚ ਲਿਆਉਣਾ, ਕਿਸ ਤਰ੍ਹਾਂ ਲਿਆਓਗੇ? ਉਹਨੂੰ ਹਿਲਾਉਣਾ ਪਏਗਾ, ਉਹਨੂੰ ਚੋਟ ਲਾਉਣੀ ਪਏਗੀ, ਉਹਨੂੰ ਹਿਲਾਉਣ ਵਾਸਤੇ, ਉਹਨੂੰ ਚੋਟ ਲਾਉਣ ਵਾਸਤੇ ਵੀ ਤਾਂ ਕਿ ਹਰਕਤ ਵਿੱਚ ਆਵੇ। ਤਾਂ ਗੁਰੂ ਨੇ ਕੀ ਆਖਿਆ ਵੀ ਆਹ ਸਿੱਖਾ ਲੈ ਅੰਮ੍ਰਿਤ ਛਕ, ਇਹ ਅੰਮ੍ਰਿਤ ਤੈਨੂੰ ਦੇ ਰਿਹਾ, ਇਸ ਅੰਮ੍ਰਿਤ ਨੂੰ ਉੱਪਰੋਂ ਦੀ ਬਾਲਟੀ ਪਾ ਤਾਂ ਕਿ ਤੇਰਾ ਪੰਪ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਏ। ਇਸ ਕਰਕੇ ਸਾਨੂੰ ਗੁਰੂ ਨੇ ਗੁਣਾਂ ਦਾ ਅੰਮ੍ਰਿਤ ਬਖਸ਼ਿਸ਼ ਕੀਤਾ, ਅਸੀਂ ਉਸ ਗੁਣਾਂ ਦੇ ਅੰਮ੍ਰਿਤ ਨੂੰ ਪ੍ਰਾਪਤ ਕਿੱਥੋਂ ਕਰਨਾ, ਉਸ ਪ੍ਰਾਪਤ ਕਰਨ ਵਾਸਤੇ ਸਾਨੂੰ ਖਜ਼ਾਨਾ ਗੁਰੂ ਕੀ ਬਾਣੀ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਕਹਿਣ ਲੱਗੇ ਅੰਮ੍ਰਿਤ ਇੱਕ ਉਹ ਸ਼ਬਦ ਹੈ। ਸਾਹਿਬ ਗੁਰੂ ਤੇਗ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੁੱਤਰ ਬਚਨ ਜੀ, ਅੰਮ੍ਰਿਤ ਇੱਕ ਉਹ ਸ਼ਬਦ ਹੈ ਨਾਨਕ ਗੁਰਮੁਖ ਆਇਆ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮੁਸ਼ਕਲ ਇਹ ਬਣ ਆ ਗਈ, ਕਹਿੰਦੇ ਇਹ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਕਿਤੇ ਬਾਹਰ ਨਹੀਂ। ਪਰ ਹੋਇਆ ਕਿ ਮਨਮੁਖਤਾ ਦੇ ਅੰਦਰ ਆਪਣਾ ਜੀਵਨ ਬਤੀਤ ਕਰਦਾ ਰਿਹਾ, ਕਹਿੰਦੇ ਮਨਮੁਖਾਂ ਸਾਧਨਾ ਆਏ ਜੀ। ਕਿਉਂ, ਕਿਸ ਤਰ੍ਹਾਂ? ਉਦਾਹਰਨ ਦਿੱਤੀ, ਇੱਕ ਲੰਬ ਦਿੱਤੀ ਨਾਲ ਕੇ, ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ। ਜਿਹੜਾ ਕਸਤੂਰੀ ਮਿਰਗ ਹੁੰਦਾ, ਜਿਹਨੂੰ ਕਸਤੂਰੀ ਮਿਰਗ ਆਖਿਆ ਜਾਂਦਾ, ਜਿਹਦੇ ਨਾਭੀ ਵਿੱਚ ਪੇਟ ਵਿੱਚ ਕਸਤੂਰੀ ਹੁੰਦੀ ਹੈ, ਇਹ ਨੇਫਾ ਵਾਲੇ ਇਲਾਕੇ 'ਚ ਬਹੁਤ ਹੁੰਦੇ ਜੀ। ਤੁਸੀਂ ਇੱਧਰ ਪਹਾੜ ਵਾਲੇ ਪਾਸੇ ਚਲੇ ਜਾਓ ਨਾ, ਕਿਸੇ ਵੇਲੇ ਨੈਨੀਤਾਲ ਵਾਲੇ ਪਾਸੇ ਚਲੇ ਜਾਓ, ਤਾਂ ਉੱਧਰ ਤੁਹਾਨੂੰ ਉਹ ਕਸਤੂਰੀਆਂ ਵੇਚਦੇ ਆਮ ਮਿਲ ਜਾਂਦੇ ਨੇ ਵੀ ਇਹ ਅਸਲੀ ਕਸਤੂਰੀ ਹੈ ਜੀ। ਉਹ ਅਸਲੀ ਹੋਵੇ ਜਾਂ ਨਾ ਹੋਵੇ, ਪਰ ਉੱਧਰ ਮਿਲਦੇ ਨੇ, ਆਮ ਮਿਲਦੇ ਨੇ। ਪਰ ਜਿਸ ਮਿਰਗ ਦੀ ਨਾਭੀ ਦੇ ਵਿੱਚ, ਪੇਟ ਦੇ ਵਿੱਚ ਕਸਤੂਰੀ ਹੈ, ਜਦੋਂ ਹਵਾ ਚੱਲਦੀ ਹੈ ਨਾ, ਉਹਨੂੰ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ। ਪਰ ਉਹ ਕੀ ਸੋਚਦਾ ਵੀ ਪਤਾ ਨਹੀਂ ਜਿੱਧਰੋਂ ਹਵਾ ਆ ਰਹੀ ਹੈ, ਹਵਾ ਦਾ ਬੁੱਲਾ ਜਿਸ ਪਾਸਿਓਂ ਆ ਰਿਹਾ, ਸ਼ਾਇਦ ਉੱਧਰੋਂ ਦੀ ਆ ਰਹੀ ਹੈ, ਉੱਧਰੋਂ ਦੀ ਇਹ ਖੁਸ਼ਬੂ ਆ ਰਹੀ ਹੈ। ਉਹ ਵਿਚਾਰਾ ਦੌੜਨਾ ਸ਼ੁਰੂ ਕਰਦਾ, ਉਹ ਦੌੜਦਾ 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 ਇੱਕ ਪਾਸੇ ਝਾੜੀਆਂ ਵਿੱਚ ਸਿਰ ਮਾਰਦਾ, ਦੂਜੇ ਪਾਸੇ ਝਾੜੀਆਂ ਵਿੱਚ ਸਿਰ ਮਾਰਦਾ, ਕਿਉਂਕਿ ਸਿੰਘ ਦੇ ਲੱਗੇ ਹੁੰਦੇ ਨੇ ਵੱਡੇ ਵੱਡੇ ਸਿਰ ਦੇ ਉੱਤੇ, ਅਤੇ ਉਹ ਆਖਰ ਕੀ ਹੁੰਦੇ ਨੇ, ਸਿੰਘ ਫਸ ਜਾਂਦੇ ਨੇ ਝਾੜੀਆਂ ਅੰਦਰ, ਉੱਤੇ ਹੀ ਵਿਚਾਰਾ ਉਹ ਮੂਰਛਿਤ ਹੋ ਕੇ ਡਿੱਗ ਪੈਂਦਾ, ਅਤੇ ਜਦੋਂ ਮੂਰਛਿਤ ਹੋ ਕੇ ਡਿੱਗਦਾ ਨਾ, ਫਿਰ ਉਸਦਾ ਮੂੰਹ ਜਿਹੜਾ ਨਾ ਆਪਣੇ ਆਪ ਹੀ ਕਈ ਵਾਰੀ ਪੇਟ ਦੇ ਉੱਤੇ ਚਲਾ ਜਾਂਦਾ, ਅਤੇ ਫਿਰ ਉਹਨੂੰ ਪਤਾ ਲੱਗਦਾ ਵੀ ਆਹ ਜਿਹੜੀ ਮੇਰੀ ਸੁਗੰਧੀ ਆ ਰਹੀ ਸੀ, ਉੱਧਰੋਂ ਉੱਧਰੋਂ ਨਹੀਂ ਸੀ ਆ ਰਹੀ, ਇੱਥੋਂ ਹੀ ਆ ਰਹੀ ਸੀ। ਸਤਿਗੁਰ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਜਿਉਂ ਕਸਤੂਰੀ ਮ੍ਰਿਗ ਨਾ ਜਾਣੈ, ਕੀ ਕਰਦਾ ਪਰਮ ਦਾ ਪਰਮ ਪੁਰਾਇਆ। ਇਸੇ ਤਰ੍ਹਾਂ ਸਿੱਖ ਪਰਮ ਦੇ ਅੰਦਰ ਹੀ ਆਪਣਾ ਜੀਵਨ ਬਤੀਤ ਕਰਦਿਆਂ ਕਰਦਿਆਂ ਇਸ ਕਸਤੂਰੀ ਨੂੰ ਪਹਿਚਾਣ ਨਾ ਪਾਇਆ, ਅਤੇ ਇਸ ਖੁਸ਼ਬੂ ਤੋਂ ਵਾਂਝਿਆ ਰਹਿ ਗਿਆ, ਇਸ ਸੁਗੰਧੀ ਤੋਂ ਵਾਂਝਿਆ ਰਹਿ ਗਿਆ। ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਫਿਰ ਕੀ ਕਰਦਾ ਸਿੱਖ, ਕਰਦਾ ਕੀ ਆਖਣ? ਕਹਿੰਦੇ ਅੰਮ੍ਰਿਤ ਤਜ ਬਿਖ ਸੰਗ੍ਰਹਿ, ਬਿਖ ਨੂੰ ਮਠਿਆ ਕਰਦਾ, ਅੰਮ੍ਰਿਤ ਨੂੰ ਛੱਡ ਕੇ ਬੈਠਾ। ਉਹਨੂੰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਅੰਦਰ ਵਚਨ ਆਖਿਆ ਜੀ, ਕਹਿੰਦੇ ਨੇ ਉਸਨੂੰ ਕੀ ਸਮਝ ਆਈ ਹੈ, ਉਹ ਕਿਉਂ ਕਰਦਾ ਐਸਾ? ਸਤਿਗੁਰ ਜੀ ਨੇ ਵਚਨ ਆਖਿਆ, ਕਹਿ ਕੇ ਸਮਾਪਤੀ ਕਰਦਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਮਨੁੱਖ ਦੀ ਹਾਲਤ ਇਹ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਮਿੱਠੀ। ਕਹਿੰਦੇ ਨਾ ਮੈਂ ਸਾਕਤਾਂ ਦੀ ਇਹ ਵਿਧ ਜਿਹੜੀ ਸੀ ਨਾ, ਇਹ ਵਰਤਾਰਾ ਆਪਣੀਆਂ ਅੱਖਾਂ ਨਾਲ ਵੇਖਦਾ ਪਿਆ। ਸਤਿਗੁਰ ਪਾਤਸ਼ਾਹ ਜੀ ਕਿਰਪਾਲਤਾ ਕਰਨ, ਕਹਿੰਦੇ ਜਿਹੜੇ ਪਰ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਲੇ ਨੇ, ਕਹਿੰਦੇ ਨੇ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਖ ਖਵਾਇਆ, ਗੁਰਮੁਖ ਵਿਰਲੇ ਸੋਝੀ
ਕੋਈ ਐਸੇ ਗੁਰੂ ਵਿਰਲੇ ਨੇ ਜਿਨ੍ਹਾਂ ਨੂੰ ਇਹ ਸੋਝੀ ਆਈ ਹੈ ਵੀ ਇਹ ਅੰਮ੍ਰਿਤ ਜਿਹੜਾ ਹੈ ਇਹ ਭਰਪੂਰ ਪਿਆ ਹੋਇਆ ਖਜ਼ਾਨਾ ਸਾਡੇ ਪਾਸ ਗੁਰੂ ਕੀ ਬਾਣੀ ਹੈ, ਇਸ ਕਰਕੇ ਇਸ ਅੰਮ੍ਰਿਤ ਦੇ ਨਾਲ ਜੁੜਾਂਗੇ ਔਰ ਇਸ ਅੰਮ੍ਰਿਤ ਵਿੱਚੋਂ ਉਸ ਅੰਮ੍ਰਿਤ ਦੇ ਨਾਲ ਸਮਿਲਿਤ ਹੋ ਕੇ ਜਦੋਂ ਆਪਣਾ ਜੀਵਨ ਬਤੀਤ ਕਰਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਉਹਨਾਂ ਖੁਸ਼ੀਆਂ ਨੂੰ ਸਾਡੇ ਪਾਸੋਂ ਕੋਈ ਖੋ ਨਹੀਂ ਸਕੇਗਾ ਜਿਹੜੀਆਂ ਖੁਸ਼ੀਆਂ ਸਾਨੂੰ ਗੁਰੂ ਦੇ ਲਈ ਹਮੇਸ਼ਾ ਤਤਪਰ ਹੈ। ਆਓ ਸਾਰੇ ਕਿਰਪਾਲਤਾ ਕਰੋ, ਇਹ ਪਵਿੱਤਰ ਸ਼ਬਦ ਦੀਆਂ ਪੰਕਤੀਆਂ ਸਾਰੇ ਪੜ੍ਹ ਲਈਏ ਤਾਂ ਕਿ ਗੁਰੂ ਦੇ ਗੁਣਾਂ ਦਾ ਅੰਮ੍ਰਿਤ ਅਸੀਂ ਲੈ ਕੇ ਆਪਣੇ ਘਰ ਵਿੱਚ ਵਾਪਸ ਜਾਈਏ ਅਤੇ ਤਾਂ ਕਿ ਸਤਿਗੁਰੂ ਦੀਆਂ ਅਸੀਸਾਂ ਦੇ ਨਾਲ ਇਹ ਸਾਡਾ ਸਮਾਨ ਸਫਲ ਹੋ ਜਾਏ। ਕੋਈ ਇਸ ਨਾ ਖਾਲੀ ਰਵੇ ਜੀ। ਅੰਮ੍ਰਿਤ ਏਕੋ ਸ਼ਬਦ ਹੈ, ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ, ਨਾਨਕ ਗੁਰਮੁਖ ਪਾਇਆ, ਅੰਮ੍ਰਿਤ ਏਕੋ ਸ਼ਬਦ ਹੈ, ਬਿਨ ਸ਼ਬਦ ਸਭ ਜਗ ਬਾਰਾਨਾ, ਬਿਨ ਸ਼ਬਦ ਸਭ ਜਗ ਬਾਰਾਨਾ, ਬਿਰਛਾ ਜਨਮ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸੈ ਮਨ ਦੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਸ਼ਬਦੋ ਦੰਗਾ ਬਹਾਰੀ, ਕੇਰਾ ਮਨ ਜਗੀ ਵਸਾਇਆ, ਕਹਿਣਾ ਕੇ ਆਨੰਦ ਹੋਵਾ, ਏ ਮਨ ਮੇਰੇ ਅੱਖ ਸਦਾ ਰਮਰ ਨਾਲ ਹਰ ਨਾਰਣਾ, ਤੂੰ ਮਨ ਮੇਰੇ ਤੂੰ ਸਭ ਅੰਗੀਕਾਰ ਕਰੇ, ਤੇਰਾ ਕਾਰਜ ਸਭ ਸੁਵਾਰਨਾ, ਸਭ ਨਾਂਗਲਾ ਸਮਰੱਥ ਸੁਵਾਤੇ, ਕਹਿਣਾ ਕਿ ਮਨ ਮੇਰੇ ਸਦਾ ਰਮਰ ਨਾਲ ਸਾਚੇ ਸਾਹਿਬਾ, ਤੇਰਾ ਸਭ ਕੁਛ ਹੈ ਜਿਸ ਦੇ ਸੁਭਾਵੇ, ਸਦਾ ਸ਼ਿਵ ਸਦਾ ਤੇਰੇ ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਨੇ ਕਹਿਣਾ ਸੱਚੇ ਸਾਰੇ ਪਿਆਰਾ ਨੇ, ਸਾਜਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਦਿਲ, ਪ੍ਰਸ਼ਾਦ ਸੁਖਮਨ ਆਇਆ ਸਿਆ ਦਿਲ ਇੱਛਾ ਸਭ ਸਦਾ ਗੁਰਬਾਨ ਕੀਤਾ ਗੁਰ ਬੇਟੋ ਜੀ ਮਾਰਿਆ ਦੁਰਗਰਮ ਪਾਇਆ, ਤੂੰ ਤਿਨ ਕੋਸੇ ਨਾਮ ਹਰ ਕੇ ਲਾ, ਕਹਿ ਨਾਨਕ ਤੈ ਸੁਖੋਆ ਤਿਨ ਕਰ ਮਨਕ ਸੁਣੋ ਬਣ ਭਾਗਿਓ, ਸਗਲ ਮਨੋਰਥ ਤੂੰ ਬਾਰ ਬ੍ਰ ਪ੍ਰਪਾਇਆ, ਉਤਰੇ ਸਗਲ ਵਸੂਰੇ ਜੂਰੋ ਸੰਤ ਸਾਧਨ ਵੈ ਸੱਚੇ ਪੂਰੇ ਬੁੱਧੇ ਜਾਣੀ ਸੁਣ ਤੇ ਪੁਨਿਤ ਕਹਿਤੇ ਪੁਨਿਤ ਸਤਿਗੁਰ ਰਹਿਆ ਭਰਪੂਰੇ ਨਿਰਵੰਤ ਨਾਨਕ ਗੁਰ ਚਰਨ ਦਾ ਕੇਰੀ ਬਾਜੇ ਹਨ ਹਜ ਜੀ ਆਨੰਦ ਸੁਣੋ ਵਡ ਬਾਗਿਓ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ
ਦਿਵਸ ਰਾਤ ਦੁਆਈ ਦਾਇਆ ਖੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਕਰਮੇ ਅਧੂਰ ਕਰਮੇ ਆਪੋ ਆਪਣੇ ਕਿਨੇ ਲਗੇ ਜਿਨੇ ਨਾਮ ਧਿਆਇਆ ਗੇ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਦਾ